ਮੈਂ ਉਹ ਲੱਭ ਲਈ ਜੀ, ਦੁਕਾਨ ਵੀ ਲੱਭ ਲਈ, ਨਿੰਮ ਵੀ ਲੱਭ ਲਈ, ਖੂਹ ਵੀ ਲੱਭ ਲਿਆ ਤੇ ਘਰ ਵੀ ਲੱਭ ਲਿਆ। ਜਦੋਂ ਮੇਰੀ ਨਾਨੀ ਆਈ ਸੀ ਇੱਥੇ, ਉਦੋਂ ਇੱਥੇ ਇੱਕ ਬੇਵਾ ਉਹਦੇ 2 ਮਹੀਨੇ ਸੀ। ਹਾਂ, ਤੇ ਬਸ ਉਹ ਫਿਰ ਉਹਨਾਂ ਨੂੰ ਮਿਲ ਕੇ ਗਏ। ਤੁਸੀਂ ਇੱਕ ਮੁੰਡਾ ਕਾਨੂੰ ਸੀ ਮਾਲ ਮਹਿਕਮੇ ਚ, ਇੱਕ ਯਾਰ ਮੇਰੀ ਬਾਬੇ ਨੂੰ ਆਪਣੇ ਨੂੰ ਹਾਂ, ਜਿਹੜਾ ਕੱਪੜੇ ਵਾਲਾ ਸੀ ਉਹ ਸਾਡੀ ਮਾਂ ਦਾ ਤਾਇਆ ਸੀ, ਉਹਨਾਂ ਦੀ ਕਨੈਕਸ਼ਨ ਆਪ ਚੁੱਕੀ ਹੈ। ਹੁਣ ਉਹ ਸਾਨੂੰ ਦਿਵਾਲੇ ਦਾ ਦੁਕਾਨ ਤੇ ਲੈ ਚੱਲੋ। ਜਿਹੜੀ ਹਵੇਲੀ ਸੀ ਨਾ ਇਹਨਾਂ ਦੀ ਬਜ਼ੁਰਗਾਂ ਦੀ, ਉਹਦੇ ਤੇ ਗੁਰਮੁਖੀ ਚ ਲਿਖਿਆ ਸੀ ਜਥੇਦਾਰ ਹਾਕਮ ਸਿੰਘ। ਉਹ ਛੁਰੀ ਮਾਰਨ ਵਾਲਾ ਹਾਤਾ, ਹਾਤਾ ਬਹੁਤ ਵੱਡਾ ਸੀ, ਬਹੁਤ ਵੱਡਾ ਹਾਤਾ। ਹਾਂ ਲੋਕਲ ਨੇ ਇਹਨਾਂ ਦੀ ਮੈਂ ਗੱਲ ਕੀਤੀ ਸੀ। ਪਰ ਮੇਰਾ ਦਿਲ ਕਹਿੰਦਾ ਉਹ ਜਿਹੜੀ ਪੱਥਰ ਵਾਲੀ ਗੱਲ ਕਹਿੰਦੇ ਨਾ ਲੱਗਿਆ ਜਥੇਦਾਰ, ਉਹ ਹੋਊਗਾ ਅਜੇ ਵੀ। ਬਾਬਾ ਜੀ ਤੁਸੀਂ ਐਂ ਕਰੋ ਨਾ, 5 ਮਿੰਟ ਸਾਡੇ ਨਾਲ ਨਾ, ਸਾਨੂੰ ਇੱਕ ਚੀਜ਼ ਜਿਹੜਾ ਪੁਰਾਣਾ ਤੁਹਾਡੇ ਚੀਜ਼ ਦੇ ਵਿੱਚ ਦੁਕਾਨ ਦਿਖਾ ਦਿਓ ਕੱਪੜੇ ਵਾਲੀ, ਜਿਹੜੇ ਸਟੋਰੀ ਹੈ ਉਹਨਾਂ ਦੀ ਵੀ ਗਲੀ ਦਿਖਾ ਦਿਓ। ਮੇਰੇ ਦਾਦ ਕੇ ਸਟੋਰ ਆ, ਪਰ ਉਹ ਲੋਕਲ ਆ ਸਟੋਰ ਦੇ ਉੱਤੇ। 10 ਮਿੰਟ
ਸਾਰੇ ਤੇ ਫਿਰ ਮੁੱਕ ਜਾਣੇ ਆ ਨਾ ਯਾਰ ਕਈ ਗੱਲ ਤੁਸੀਂ ਲੋਕਲ ਹੋ ਇੱਥੋਂ ਦੇ ਰਹਿਣੇ ਵਾਲੇ ਅੱਛਾ ਘਨੱਈਏ ਹੁਣਾਂ ਨੂੰ ਜਾਣਦੇ ਆ ਚੇਲਿਆਂ ਦਾ ਟੱਪਰ ਸੀ ਘਨੱਈਏ ਹੁਣੇ ਹਾਂਜੀ ਚੇਲਿਆਂ ਦਾ ਦੋਤਾ ਚੇਲਿਆਂ ਚੋਂ ਸੁੰਦਰ ਸਿੰਘ ਇੰਦਰ ਸਿੰਘ ਹਾਕਮ ਸਿੰਘ ਇਹਦੀ ਪੱਤੀ 'ਚ ਛੱਤੀਓ ਗਲੀ ਦੇ ਪਿੱਛੇ ਹਾਤਾ ਸੀ ਬਹੁਤ ਵੱਡਾ ਇਹ ਲੰਬੜਦਾਰ ਇਹ ਕਾਨੂੰਗੋ ਸੀ ਮੈਨੂੰ ਜਾਂ ਪਤਾ ਗੁੱਗਿਆਂ ਦੇ ਜਗਤਾਂ ਦੇ ਭਗਤਾਂ ਹੁੰਦੇ ਸੀ ਉਹ ਸ੍ਰੀ ਹਰਗੋਬਿੰਦਪੁਰ ਚਲੇ ਗਏ ਬਾਅਦ ਗੁਰਦਾਸਪੁਰ ਇਹ ਜਿਹੜਾ ਸਾਡਾ ਟੱਬਰ ਸੀ ਇਹ ਸੁਭਾਨਪੁਰੀ ਸੀ ਬੰਦ ਕਰੋ ਜੀ ਬੰਦ ਤੁਸੀਂ ਲਿਆਂਦਾ ਮੈਂ ਸਾਨੂੰ ਇੱਧਰ ਸੁਭਾਨਪੁਰੀਆਂ ਦਾ ਮੈਂ ਤੁਹਾਨੂੰ ਅਹੁਦਾ ਦਿੱਤਾ ਘਰੇ ਜਾਂਦਾ ਇਹ ਭਰਾ ਸੀ ਉਹ ਪੜਦਾਨੇ ਦਾ ਭਰਾ ਸੀ ਪੜਦਾਨਾ ਮੇਰਾ ਘਨੱਈਆ ਸੀ ਨਾਨਾ ਹੋ ਗਿਆ ਸੁੰਦਰ ਸਿੰਘ ਉਹਦੇ ਅੱਗੋਂ ਭਰਾ ਸੀ ਕਾਨੂੰਗੋ ਇੰਦਰ ਸਿੰਘ ਅਤੇ ਇੱਕ ਜਥੇਦਾਰ ਹਾਕਮ ਸਿੰਘ ਸੀ ਬੜੀ ਦੇਰ ਹੋ ਗਈ ਆ ਮੈਂ ਬੁੱਢਾ ਹੋ ਗਿਆ ਮੇਰਾ ਹੁਣ ਜੇ ਨਹੀਂ ਚੱਲਦਾ ਕੱਪੜੇ ਦੀ ਦੁਕਾਨ ਕਿੱਥੇ ਸੀ ਕੱਪੜੇ ਦੀ ਦੁਕਾਨ ਜਿਹੜੀ ਚੌਂਕ ਚ ਚੌਂਕ ਸੀ ਅੱਛਾ ਇੱਥੇ ਅੱਛਾ ਹੁਣ ਇੱਦਾਂ ਨਹੀਂ ਦੱਸਿਆ ਵੀ ਉੱਧਰ ਮੈਂ ਹੁਣ ਕਿੱਥੇ ਹਾਂ
ਲੈਂਦੀ ਪੱਤੀ ਇਹ ਨਹੀਂ ਹੈਗੀ ਸਰ ਲੈਂਦੀ ਹਾਂਜੀ ਹਾਂਜੀ ਨਹਿਰ ਪਿੰਡ ਨਹਿਰ ਦੇ ਨਹਿਰੇ ਨਹਿਰ ਕਿਹੜਾ ਆ ਜਿਹੜਾ ਆਹੀ ਹੱਥ ਹੋਣਾ ਹੀ ਤੁਹਾਡਾ ਇਹ ਮੈਨੂੰ ਨਾਨੀ ਨੇ ਦੱਸਿਆ ਸੀ ਕਹਿੰਦੀ ਘਰ ਬਣ ਗਿਆ ਖਾਤਾ ਬਹੁਤ ਵੱਡਾ ਸੀ ਉਹਨਾਂ ਕੀ ਮਹਿਸੂਸ ਕਰ ਰਹੇ ਹੋ ਜਗ੍ਹਾ ਨੇ ਪਹੁੰਚਣ ਲੱਗਾ ਏਦਾਂ ਲੱਗਦਾ ਕਿ ਤਾਂ ਹਾਲੇ ਵੀ ਨਾਨਾ ਅੰਦਰ ਬੈਠਾ ਕਿਤੇ ਖੇਤੀਬਾੜੀ ਦੇ ਸੰਦ ਸੈੱਟ ਕਰ ਰਿਹਾ ਮੈਂ ਵੀ ਕਿੱਥੇ ਘਰ ਉਸ ਪਾਣੀ ਦੀ ਬੋਤਲ ਲੈਣਾ ਧੰਨਵਾਦ ਜੀ ਤੁਹਾਡਾ ਦੇਖ ਲਓ ਮਿਹਰਬਾਨੀ ਜੀ ਹਾਂਜੀ ਮੈਂ ਥੋੜਾ ਹੋਰ ਅੱਗੇ ਹੋ ਕੇ ਦੇਖ ਆਵਾਂ ਦੇਖੋ ਦੇਖੋ ਇੱਕ ਮਿੰਟ ਮਿਹਨਤਾਂ ਕਰਕੇ ਉਹ ਨਹੀਂ ਮੇਹਨਤਾਂ ਕਰਕੇ
ਗੇੜ ਕਿਹੜੇ ਬਣੇ ਸੀ ਜਦੋਂ ਮੇਰੀ ਨਾਨੀ ਆਈ ਸੀ ਇੱਥੇ ਉਦੋਂ ਇੱਥੇ ਇੱਕ ਬੇਵਾ ਉਹਦੇ ਦੋ ਬੱਚੇ ਸੀ ਤੇ ਬਸ ਉਹ ਫਿਰ ਤੁਸੀਂ ਹੁਣ ਗੱਲ ਕਰੋ ਜੀ। ਹਾਂਜੀ 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 ਖੂਹ ਵੀ ਸੀਗਾ ਉੱਥੇ ਨਿੰਮ ਸੀ ਨਾਲ ਦੁਕਾਨ ਸੀ। ਮੈਂ ਉਹ ਲੱਭ ਲਈ ਜੀ ਉਹ ਦੁਕਾਨ ਵੀ ਲੱਭ ਲਈ ਨਿੰਮ ਵੀ ਲੱਭ ਲਈ ਖੂਹ ਵੀ ਲੱਭ ਲਿਆ ਤੇ ਘਰ ਵੀ ਲੱਭ ਲਿਆ ਜੀ। ਹਾਂਜੀ ਮੈਨੂੰ ਪਤਾ ਜੀ ਉੱਥੇ ਹੁਣ ਚੌਂਕ ਆ ਉੱਥੇ ਚੌਂਕ ਆ ਗਲੀ ਦਾ ਚੌਂਕ ਆ। ਉਹ ਬਹੁਤ ਵਧੀਆ ਉਹ ਤੁਸੀਂ ਜਿਹੜਾ ਸਪੋਟ ਮਾਰਿਆ ਨਾ ਉਹ ਪਰਫੈਕਟਲੀ ਫਾਈਨ ਸੀ। ਬੜੀ ਖੁਸ਼ੀ ਵਾਲੀ ਗੱਲ ਆ ਜੀ ਇੰਨੇ ਹਜ਼ਾਰਾਂ ਕਿਲੋਮੀਟਰ ਤੈਅ ਕਰਕੇ ਇੰਨੇ 72 ਸਾਲ ਦਾ ਪੈਂਡਾ ਤੈਅ ਕਰਕੇ ਉਦੋਂ ਮੇਰੀ ਮਾਂ ਇੱਕ ਮਹੀਨੇ ਦੀ ਸੀ ਹੁਣ 72 ਸਾਲਾਂ ਬਾਅਦ ਉਹਨੇ ਇਹ ਪਾਣੀ ਜਿਹੜਾ ਦੁਬਾਰਾ ਚੱਕਣਾ ਆਪਣੇ ਪੇਕਿਆਂ ਦੇ ਘਰ ਦਾ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸ਼ੁਕਰੀਆ।